सचखंड श्री हरिमंदर साहिब दे अरदासिया सिंह भाई बलबीर सिंह जिन्हां ने 3 जून 2016 नूं पंजाब दे साबका मुख्यमंत्री प्रकाश सिंह बादल नूं सिरफ पाव नहीं दिता सी, हुण अपनी नौकरी दी बहाली लई हाई कोर्ट जाणगे। 4 सफ़ियां दे अपने प्रैस नोट नूं प्रैस कॉन्फ्रेंस दौरान पढ़दिआं उन्हां सिरफ पाव ना देण तों पहलां अते बाद दे हालात तों जाणू करवाउंदे आख्या कि श्रोमणी गुरद्वारा प्रबंधक कमेटी नूं सिर्फ इक बादल परिवार चला रहा है, जिहड़े बादल परिवार नूं ठीक लगदे ने उही श्रोमणी कमेटी अंदर काम कर सकदे ने। ਆਰਡਰ ਦੀ ਪੱਤਰਿਕਾ ਨੰਬਰ 4467 ਮਿਤੀ 5/9/2017 ਰਾਹੀਂ ਆਪਣੀ ਆਰਡਰ ਬੁੱਕ 'ਤੇ ਆਰਡਰ ਕਰਕੇ ਉਹਨਾਂ ਨੇ ਆਰਡਰ ਮੈਨੂੰ ਦੇ ਦਿੱਤੇ ਸਨ, ਲੇਕਿਨ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਮੈਨੂੰ ਹਾਜ਼ਰ ਹੋਣ ਨਹੀਂ ਦਿੱਤਾ ਗਿਆ। ਇਹ ਮੈਨੂੰ ਸਾਰਾ ਪੰਥ ਜਵਾਬ ਦੇਵੇ ਕਿ ਪ੍ਰਧਾਨ ਸਾਹਿਬ ਦੇ ਆਰਡਰਾਂ ਨੂੰ ਚੈਲੰਜ ਕਰਨ ਦਾ ਮੈਨੇਜਰ ਨੂੰ ਕੀ ਅਧਿਕਾਰ ਹੈ ਅਤੇ ਮੇਰੇ ਤੋਂ ਕਿਹੜੀ ਗਲਤੀ ਕੀਤੀ ਗਈ ਹੈ। ਜੇ ਸ਼੍ਰੋਮਣੀ ਕਮੇਟੀ ਅਜੇ ਤੱਕ ਵੀ ਕੋਈ ਇਸ 'ਤੇ ਅਮਲ ਨਾ ਕਰੂ ਤਾਂ ਫਿਰ ਹਾਈ ਕੋਰਟ ਸ਼੍ਰੋਮਣੀ ਕਮੇਟੀ ਦੇ ਖਿਲਾਫ ਨਹੀਂ ਜਾਣਾ, ਬਿਲਕੁਲ ਵੀ ਕੋਈ ਸ਼ਬਦ ਨਹੀਂ ਵਰਤਣਾ, ਨਾ ਸਾਰੀ ਜ਼ਿੰਦਗੀ ਵਿੱਚ ਵਰਤਿਆ, ਪਰ ਉਸ ਮੈਨੇਜਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਜਾਣਾ।